See.
ਸਿੱਖ ਜਿਨ੍ਹਾਂ ਦਾ ਜੀਵਨ ਸਾਹਿਬ ਜੀ ਆਖਦੇ ਨੇ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਉੱਠਦਿਆਂ ਸਾਰ ਵਾਹਿਗੁਰੂ 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 ਜੀ ਦਾ ਸਿਮਰਨ ਕਰਦਾ ਹੈ ਤੇ ਫਿਰ ਇਸ਼ਨਾਨ ਕਰਕੇ ਅੰਮ੍ਰਿਤ ਨਾਮ ਸਰੋਵਰ ਵਿੱਚ ਚੁੱਭੀਆਂ ਲਗਾਉਂਦਾ ਹੈ ਐਸੇ ਗੁਰਸਿੱਖ ਉਹਨਾਂ ਦੇ ਚਰਨਾਂ ਨੂੰ ਵੀ ਪੂਜਿਆ ਜਾਂਦਾ ਹੈ
ਉਹਨਾਂ ਦੇ ਚਰਨਾਂ ਤੇ ਵੀ ਸੀਸ ਝੁਕ ਜਾਂਦਾ ਹੈ। ਆ ਗੁਰੂ ਦਰਬਾਰ ਆਉਣੇ ਆ ਨਾ, ਤੇ ਜਦੋਂ ਸਿੱਖ ਗੁਰੂ ਘਰ ਦੇ ਅੱਗਿਓਂ ਲੰਘਦਾ ਹੈ ਤੇ ਸੀਸ ਝੁਕ ਜਾਂਦਾ ਹੈ। ਗੁਰੂ ਘਰ ਦੀ ਦਹਲੀਜ਼ ਤੇ ਗੁਰਦੁਆਰਾ ਸਾਹਿਬ ਦੇ ਅੱਗੇ ਸੀਸ ਝੁਕ ਜਾਂਦਾ ਹੈ। ਕਿਉਂ ਝੁਕਦਾ ਹੈ? ਅੰਦਰ ਮੇਰਾ ਗੁਰੂ ਬੈਠਾ ਹੈ, ਮੇਰੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੋ ਮਾਨ ਨੇ ਅੰਦਰ। ਇਸ ਲਈ ਨਾ ਬਿਲਡਿੰਗਾਂ ਤਾਂ ਹੋਰ ਵੀ ਬਹੁਤ ਨੇ, ਪਰ ਨਹੀਂ ਸੀ ਝੁਕਦਾ ਹੈ ਨਾ, ਇੱਥੇ ਗੁਰੂ ਬੈਠਾ ਹੈ, ਇਸ ਕਰਕੇ ਸੀ ਝੁਕ ਜਾਂਦਾ ਹੈ। ਜਿਸ ਗੁਰਸਿੱਖ ਦੇ ਹਿਰਦੇ ਵਿੱਚ ਗੁਰੂ ਬੈਠਾ ਹੈ, ਜਿਸ ਹਿਰਦੇ ਵਿੱਚ ਬਾਣੀ ਦਾ ਵਾਸਾ ਹੋ ਗਿਆ, ਉਸ ਗੁਰਸਿੱਖ ਅੱਗੇ ਵੀ ਸੀਸ ਝੁਕ ਜਾਂਦਾ, ਉਹਦੇ ਚਰਨਾਂ ਤੇ ਸੀਸ ਝੁਕ ਜਾਂਦਾ। ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਆਖਦੇ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾਉਣਾ ਚਾਹੁੰਦਾ, ਅਖਵਾਉਂਦਾ, ਮੈਂ ਗੁਰੂ ਦਾ ਸਿੱਖ ਹਾਂ, ਮੈਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਿੱਖ ਹਾਂ, ਤੇ ਉਹਦਾ ਪਹਿਲਾ ਕਰਮ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪਣਾ। ਜਦੋਂ ਜਾਗ ਖੁੱਲਦੀ ਹੈ ਉਸੇ ਵਕਤ ਉੱਠ ਕੇ ਮੁਖ ਤੇ ਵਾਹਿਗੁਰੂ ਜੀ ਦਾ ਨਾਮ ਆਵੇ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਆਖਦੇ ਨੇ, ਐਸੀ ਰਹਿਤ ਹੋਵੇ ਤਾਂ ਗੁਰੂ ਦਾ ਸਿੱਖ ਅਖਵਾਉਂਦਾ ਹੈ। ਸਿੱਖ ਕੇਵਲ ਸਿੱਖੀ ਸਰੂਪ ਵਿੱਚ ਸਿੱਖੀ ਘਰਾਣੇ ਵਿੱਚ ਜਨਮ ਲੈ ਲੈਣਾ, ਉਹ ਸਿੱਖ ਨਹੀਂ ਹੋ ਜਾਂਦਾ, ਗੁਰੂ ਦਾ ਸਿੱਖ ਨਹੀਂ ਹੋ ਜਾਂਦਾ, ਗੁਰਸਿੱਖ ਨਹੀਂ ਹੋ ਜਾਂਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਅੰਮ੍ਰਿਤ ਸਰ, ਅੰਮ੍ਰਿਤ ਨਾਮ ਦੇ ਸਰੋਵਰ ਵਿੱਚ ਚੁੱਭੀਆਂ ਲਗਾਏ, ਵਾਹਿਗੁਰੂ ਵਾਹਿਗੁਰੂ ਜਪੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜੇ ਦਿਵਸ ਗੁਰਬਾਣੀ ਗਾਵੈ। ਹੁਣ ਉਹ ਚੜੇ ਦਿਵਸ ਤਾਂ ਗੁਰਬਾਣੀ ਉਹ ਹੀ ਗਾਏਗਾ ਨਾ, ਜਿਹਦੇ ਮੁਖ ਤੇ ਅੰਮ੍ਰਿਤ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਹੋਵੇਗਾ। ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਮੇਰੇ ਸਾਹਿਬ ਜੀ ਨੇ ਆਖਿਆ ਹੈ ਨਾ, ਭਾਈ ਕਿਰਤ ਵੀ ਕਰ ਅਤੇ ਮੁੱਖ ਤੇ ਵਾਹਿਗੁਰੂ ਦਾ ਨਾਮ ਵੀ ਹੋਣਾ ਚਾਹੀਦਾ, ਪਰਮੇਸ਼ਰ ਨੂੰ ਯਾਦ ਕਰੇ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬੈਠਦਿਆਂ ਸੌਂਦਿਆਂ ਚੱਲਦਿਆਂ ਜ਼ਰੂਰੀ ਤਾਂ ਨਹੀਂ ਹੈ ਚੌਂਕੜਾ ਲਾ ਕੇ ਬੈਠਣਾ ਅਤੇ ਨਾਮ ਜਪਣਾ, ਉਹ ਤਾਂ ਬਹੁਤ ਵਧੀਆ ਗੱਲ ਹੈ। ਜੇ ਕੋਈ ਕਿਸੇ ਕੋਲ ਸਮਾਂ ਹੈ ਚੌਂਕੜਾ ਲਗਾ ਕੇ ਬੈਠੇ ਤਾਂ ਨਾਮ ਜਪੇ, ਇੱਕ ਮਨ ਇੱਕ ਚਿੱਤ ਹੋ ਗਏ, ਅਤੇ ਜਿਨ੍ਹਾਂ ਨੇ ਜਪਿਆ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ, ਸਦਾ ਵਡਿਆਈਆਂ ਦੇ ਨਾਲ ਝੋਲੀਆਂ ਭਰ ਦਿੰਦਾ ਗੁਰੂ। ਪਰ ਸਾਹਿਬ ਜੀ ਕਹਿੰਦੇ ਮਾਰਗ ਚਲਤ ਹਰੇ ਹਰ ਗਾਈਏ, ਸੁਰਤ ਵਾਹਿਗੁਰੂ ਵੱਲ, ਸੁਰਤ ਗੁਰੂ ਵੱਲ, ਮੁਖ ਤੇ ਬਾਣੀ, ਮੁਖ ਤੇ ਵਾਹਿਗੁਰੂ ਜੀ ਦਾ ਸਿਮਰਨ ਹੋਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਗੁਰੂ ਨੂੰ ਉਹੀ ਚੰਗਾ ਲੱਗਦਾ, ਗੁਰੂ ਨੂੰ ਉਹੀ ਭਾਉਂਦਾ ਸਿੱਖ।
ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ, ਤਿਸ ਗੁਰ ਸਿੱਖ ਕੀ ਜੋ ਆਪ ਜਪੈ, ਅਵਰੈ ਨਾਮ ਜਪਾਵੈ। ਆਖਿਆ ਪਹਿਲਾਂ ਪਹਿਲੀ ਪੰਕਤੀ ਵਿੱਚ ਆਖਿਆ ਸਾਹਿਬ ਜੀ ਨੇ, ਜਿਹੜਾ ਗੁਰੂ ਦਾ ਸਿੱਖ ਅਖਵਾਉਣਾ ਚਾਹੁੰਦਾ ਹੈ ਅਤੇ ਜਿਹਨੇ ਐਸੀ ਆਪਣੀ ਰਹਿਤ ਬਣਾ ਲਈ ਨਾ ਗੁਰਮਤਿ ਅਨੁਸਾਰ, ਫਿਰ ਅਖੀਰ ਤੇ ਸਾਹਿਬ ਜੀ ਆਖਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ, ਅਵਰੈ ਨਾਮ ਜਪਾਵੈ। ਅਤੇ ਐਸਾ ਗੁਰਸਿੱਖਾਂ ਦਾ ਜਿਨ੍ਹਾਂ ਦਾ ਜੀਵਨ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਐਸੇ ਗੁਰਸਿੱਖ ਮੇਰੀ ਖੱਲ ਦੇ ਜੋੜੇ ਪਹਿਨਣ। ਭਾਈ ਸਾਹਿਬ ਆਖਦੇ ਨੇ, ਸਭ ਚੇਨ ਛੱਡ ਪੂਜੀਆਂ ਨ ਕੌਣ ਕਰਮ ਕਮਾਉਂਦੇ, ਸਰੀਰ ਦੇ ਕਿਸੇ ਵੀ ਅੰਗ ਨੂੰ ਪੂਜਿਆ ਨਹੀਂ ਜਾਂਦਾ, ਕੇਵਲ ਚਰਨਾਂ ਨੂੰ ਪੂਜਿਆ ਜਾਂਦਾ ਹੈ ਗੁਰਮਤਿ ਅਨੁਸਾਰ। ਚਰਨਾਂ ਨੂੰ ਪੂਜਿਆ ਜਾਂਦਾ ਹੈ, ਕਿਹਨਾਂ ਦੇ ਚਰਨਾਂ ਨੂੰ, ਜਿਨ੍ਹਾਂ ਦਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਇਆ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ, ਉਹਨਾਂ ਅੱਗੇ ਸੀ ਝੁੱਕ ਜਾਂਦਾ ਹੈ, ਸੀ ਝੁੱਕ ਜਾਂਦਾ, ਸਤਿਕਾਰ ਵਜੋਂ ਝੁੱਕ ਜਾਂਦਾ ਹੈ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਹਰ ਕੇ ਗੁਣ ਹਰ ਭਾਮ ਦੇ ਸੇ, ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ, ਤਿੰਨ ਘੁੰਮ ਘੁੰਮ ਜਾਏ। ਕਦੇ ਮੈਂ ਬਲਿਹਾਰ ਜਾਵਾਂ ਐਸੇ ਗੁਰਸਿੱਖਾਂ ਤੋਂ, ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹੋ ਵਾਰੀ, ਜਿਨ ਗੁਰ ਕੀ ਕੀਤੀ ਚਾਕਰੀ, ਗੁਰੂ ਦੀ ਚਾਕਰੀ ਕਰਨੀ ਹੈ, ਗੁਰੂ ਦਾ ਸੇਵਕ ਬਣਨਾ ਹੈ। ਭਾਈ ਵੱਡਿਆਂ ਵੱਡਿਆਂ ਦੀ ਚਾਕਰੀ ਹਰ ਕੋਈ ਕਰਨ ਲੱਗ ਜਾਂਦਾ ਹੈ, ਭਾਈ ਸਤਿਗੁਰ ਜੀ ਆਖਦੇ ਨੇ, ਜਿਨ੍ਹਾਂ ਨੇ ਚਾਕਰੀ ਗੁਰੂ ਦੀ ਕੀਤੀ ਨਾ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਤਾ ਜਗ ਲੰਘਣ ਹਾਰਾ। ਗੁਰੂ ਦੀ ਚਾਕਰੀ ਕਰਨ ਵਾਲੇ ਗੁਰਸਿੱਖ, ਤੇ ਐਸੇ ਗੁਰਸਿੱਖਾਂ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਸਿਰ ਨੂੰ ਕੋਈ ਨਹੀਂ ਪੂਜਦਾ ਤੇ ਸਿਰ ਝੁਕਦੇ ਨੇ ਚਰਨਾਂ ਉੱਪਰ। ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਕੰਨ ਨੱਕ ਹੱਥ ਦੇ ਭਾਰ ਉਚਾਉਂਦੇ, ਸਭ ਚੇਨ ਛੱਡ ਪੂਜੀਆਂ ਨੇ ਕੌਣ ਕਰੋ ਕਮਾਉਂਦੇ, ਗੁਰ ਸ਼ਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਗੁਰੂ ਦੀ ਸ਼ਰਨ ਵਿੱਚ ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦਾ ਮਨ ਗੁਰਚਰਨਾਂ ਨਾਲ ਜੁੜਿਆ ਹੋਇਆ ਨਾ, ਉਹਨਾਂ ਦੇ ਚਰਨ ਗੁਰੂ ਦੀ ਚਰਨਾਂ ਵਿੱਚ ਲੈ ਆਉਂਦੇ ਨੇ। ਇਹ ਚਰਨ ਚਰਨ ਹੀ ਤਾਂ ਲਿਆਉਂਦੇ ਨੇ ਗੁਰਚਰਨਾਂ ਵਿੱਚ, ਵੱਡਾ ਕੰਮ ਕਰਦੇ ਨੇ। ਚਰਨਾਂ ਦੇ ਆਸਰੇ ਚੱਲ ਕੇ ਜੀਵ ਗੁਰ ਸ਼ਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਵਤਨ ਪਾਰ ਉਪਕਾਰ ਨੂੰ ਘਰ ਪਾਰ ਵਸਾਂਦੇ, ਵਤਨ ਪਾਰ ਉਪਕਾਰ ਨੂੰ ਘਰ ਪਾਰ ਵਸਾਂਦੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧਰੇ ਵਡਭਾਗ ਜਿਨਾਂਦੇ, ਮਸਤਕ ਗੁਰਸਿੱਖੇ ਹੰਡਾਉਂਦੇ।